ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ਹੈ ਪਰ ਬਾਪੂ ਕਿਸੇ ਨੂੰ ਵੀ ਯਾਦ ਨਹੀਂ ਰਹਿੰਦਾ ਬਾਪੂ ਵੀ ਰੱਬ ਦਾ ਰੂਪ ਹੈ ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ਉਹਦੇ ਸੀਨੇ ਦੇ ਵਿੱਚ ਵੀ ਇੱਕ ਦਿਲ ਹੁੰਦਾ ਹੈ ਜੋ ਔਲਾਦ ਦੀ ਖੁਸ਼ੀ ਦੇ ਲਈ ਬੇਤਾਬ ਰਹਿੰਦਾ ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ਉਸਦੇ ਗੁੱਸੇ ਦਾ ਸਭ ਨੂੰ ਹਿਸਾਬ ਹੁੰਦਾ ਕਿਸੇ ਨੇ ਬਹੁਤ ਕਮਾਲ ਕਿਹਾ ਹੈ ਕਿ ਜੇਬ ਖਾਲੀ ਹੋਵੇ ਫਿਰ ਵੀ ਕਦੇ ਮਨਾ ਕਰਦੇ ਹੋਏ ਨਹੀਂ ਦੇਖਿਆ ਮੈਂ ਮੇਰੇ ਪਾਪਾ ਤੋਂ ਅਮੀਰ ਇਨਸਾਨ ਕਦੇ ਨਹੀਂ ਵੇਖਿਆ ਅਸੀਂ ਅਕਸਰ ਹੀ ਮਾਂ ਦੀਆਂ ਸਿਫਤਾਂ ਕਰਦੇ ਨੇ ਪਰ ਬਾਪੂ ਬਾਰੇ ਕੋਈ ਕੋਈ ਹੀ ਗੱਲ ਕਰਦਾ ਅਤੇ ਅੱਜ ਆਪਾਂ ਇਸ ਬਾਪੂ ਬਾਰੇ ਗੱਲ ਕਰਦੇ ਹਾਂ ਜਿਸ ਨੇ ਆਪਣੇ ਬੱਚਿਆਂ ਦੇ ਲਈ ਆਪਣੀ ਪੂਰੀ ਜ਼ਿੰਦਗੀ ਦਾਅ ਤੇ ਲਗਾ ਦਿੱਤੀ ਕਹਿੰਦੇ ਨੇ ਕਿ ਬਾਪੂ ਨਾਲ ਹੋਵੇ ਤਾਂ ਅਸੀਂ ਰਾਜਿਆਂ ਵਾਂਗ ਰਹਿੰਦੇ ਹਾਂ ਪਰ ਜਦ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਸਾਨੂੰ ਕੋਈ ਵੀ ਨਹੀਂ ਪੁੱਛਦਾ ਅਸੀਂ ਹੋਰਾਂ ਨੂੰ ਮਾਵਾਂ ਤਾਂ ਕਹਿ ਦਿੰਦੇ ਹਾਂ ਪਰ ਪਿਤਾ ਕਿਸੇ ਨੂੰ ਨਹੀਂ ਕਹਿ ਹੁੰਦਾ ਪਿਤਾ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਬਹੁਤ ਕੁਛ ਕਰਦਾ ਹੈ ਪਿਤਾ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਦੇ ਲਈ ਬਹੁਤ ਕੁਛ ਕਰਦਾ ਹੈ ਪਰ ਜਦ ਬੁਢਾਪੇ ਦੇ ਵਿੱਚ ਉਸ ਪਿਤਾ ਨੂੰ ਉਸਦੇ ਬੱਚਿਆਂ ਦੀ ਜ਼ਰੂਰਤ ਹੋਵੇ ਤਾਂ ਬੱਚੇ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋਕ ਅਜਿਹੇ ਹੈ ਜਿਹੜੇ ਕਿ ਆਪਣੇ ਮਾਪਿਆਂ ਨੂੰ ਘਰਾਂ ਦੇ ਵਿੱਚ ਨਹੀਂ ਰੱਖਦੇ ਪਰ ਜਦ ਗੱਲ ਆਪਾਂ ਇਸ ਬਾਪੂ ਦੀ ਕਰਦੇ ਹਾਂ ਤਾਂ ਉਹੀ ਬਾਪੂ ਹੈ ਜਿਸਨੇ ਪੜ੍ਹਾ ਲਿਖਾ ਕੇ ਸਾਨੂੰ ਇਸ ਕਾਬਿਲ ਬਣਾਇਆ ਹੈ ਕਿ ਇੱਕ ਵਧੀਆ ਤਰੀਕੇ ਦੀ ਅਸੀਂ ਨੌਕਰੀ ਹਾਸਲ ਕਰਕੇ ਸਮਾਜ ਦੇ ਵਿੱਚ ਚੱਜ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੀਏ ਇਹ ਉਹੀ ਬਾਪੂ ਹੈ ਜਿਸਨੇ ਕਦੇ ਵੀ ਆਪਣੇ ਬਾਰੇ ਨਹੀਂ ਸੋਚਿਆ ਹਮੇਸ਼ਾ ਆਪਣੀ ਔਲਾਦ ਬਾਰੇ ਸੋਚਿਆ ਹੈ ਕਿ ਮੇਰੇ ਨਾਲੋਂ ਜ਼ਿਆਦਾ ਮੇਰੇ ਬੱਚਿਆਂ ਨੂੰ ਮਿਲੇ ਇਹ ਬਾਪ ਜੋ ਕਿ ਆਪ ਖੁਦ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਰਿਹਾ ਇਸਨੇ ਆਪਣੇ ਬੱਚੇ ਨੂੰ ਉਸ ਕਾਬਿਲ ਬਣਾਇਆ ਕਿ ਇਸਦਾ ਬੱਚਾ ਪੜ੍ਹ ਲਿਖ ਕੇ ਇੱਕ ਵਧੀਆ ਨੌਕਰੀ ਹਾਸਲ ਕਰਕੇ ਸਮਾਜ ਦੇ ਵਿੱਚ ਇੱਕ ਅਲੱਗ ਰੁਤਬਾ ਹਾਸਲ ਕਰ ਸਕੇ ਇਹ ਬਾਪੂ ਹੀ ਹੈ ਜੋ ਆਪਣੇ ਬੱਚਿਆਂ ਦੀ ਹਰ ਖੁਆਇਸ਼ ਨੂੰ ਪੂਰੀ ਕਰਦਾ ਜੇਕਰ ਸਾਨੂੰ ਬਚਪਨ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਅਸੀਂ ਰੌਲਾ ਪਾ ਦਿੰਦੇ ਸੀ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਜ਼ਿੱਦ ਕਰਦੇ ਸੀ ਅਤੇ ਬਾਪੂ ਸਾਡੀ ਜ਼ਿੱਦ ਨੂੰ ਜ਼ਰੂਰ ਪੁਗਾਉਂਦਾ ਸੀ ਚਾਹੇ ਉਸਦੀ ਜੇਬ ਦੇ ਵਿੱਚ ਕੋਈ ਪੈਸਾ ਨਾ ਹੁੰਦਾ ਸੀ ਕਿਤੋਂ ਵੀ ਪੈਸੇ ਦਾ ਇੰਤਜ਼ਾਮ ਕਰਕੇ ਸਾਡੇ ਲਈ ਸ਼ਾਮ ਨੂੰ ਕੰਮ ਤੋਂ ਆਉਂਦਾ ਉਹ ਚੀਜ਼ ਲੈ ਕੇ ਜ਼ਰੂਰ ਆਉਂਦਾ ਸੀ ਖੁਦ ਪੁਰਾਣੇ ਕੱਪੜੇ ਪਾ ਲੈਂਦਾ ਸੀ ਪਰ ਸਾਨੂੰ ਹਰ ਤਿਉਹਾਰ 'ਤੇ ਨਵੇਂ ਕੱਪੜੇ ਲੈ ਕੇ ਦਿੰਦਾ ਸੀ ਇਹ ਉਹੀ ਬਾਪੂ ਹੈ ਜਿਸਨੇ ਆਪਣੇ ਲਈ ਕਦੀ ਕੁਝ ਨਹੀਂ ਖਰੀਦਿਆ ਅਤੇ ਸਾਡੇ 'ਤੇ ਸਾਰੀ ਉਮਰ ਪੈਸੇ ਲੁਟਾਏ ਨੇ ਅਸੀਂ ਜੋ ਮੂੰਹੋਂ ਕੱਢਿਆ ਬਾਪੂ ਨੇ ਸਾਨੂੰ ਉਹੀ ਲੈ ਕੇ ਦਿੱਤਾ ਦੁਨੀਆ ਦੇ ਵਿੱਚ ਪਿਤਾ ਜਿੰਨਾ ਪਿਆਰ ਆਪਣੇ ਬੱਚਿਆਂ ਨੂੰ ਕੋਈ ਨਹੀਂ ਕਰ ਸਕਦਾ ਅਸੀਂ ਸਭ ਨੂੰ ਮਾਂ ਕਹਿ ਕੇ ਤਾਂ ਬੁਲਾ ਸਕਦੇ ਹਾਂ ਪਰ ਪਿਤਾ ਕਹਿ ਕੇ ਕਿਸੇ ਨੂੰ ਨਹੀਂ ਬੁਲਾ ਹੁੰਦਾ ਪਿਤਾ ਦਾ ਇੱਕ ਅਲੱਗ ਦਰਜਾ ਹੁੰਦਾ ਹੈ ਪਿਤਾ ਵਾਂਗ ਕੋਈ ਵੀ ਆਪਣੇ ਬੱਚਿਆਂ ਨੂੰ ਇੰਝ ਪਿਆਰ ਨਹੀਂ ਕਰ ਸਕਦਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ